ਦੇਸ਼ ਪੰਜਾਬ ਯੂਟਿਊਬ ਚੈਨਲ ਨਾਲ ਦੇਖਣ ਵਾਲੇ ਸਾਰੇ ਵੀਰਾਂ ਨੂੰ, ਭਰਾਵਾਂ ਨੂੰ, ਮਿੱਤਰਾਂ ਨੂੰ ਮੇਰੀ ਤਰਫੋਂ ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡਾ ਮਿੱਤਰ ਯਾਸਰ ਅਬਤਾਲ ਡੋਗਰ। ਅਸੀਂ ਅੱਜ ਪਹੁੰਚੇ ਹਾਂ ਜੀ ਚੱਕ ਨੰਬਰ 327 ਵੀ, ਤਹਿਸੀਲ ਬੁਰੇਵਾਲਾ, ਜ਼ਿਲ੍ਹਾ ਵਿਹਾੜੀ। ਅਤੇ ਅਸੀਂ ਅੱਜ ਪਹੁੰਚੇ ਹਾਂ ਬਾਬਾ ਮੁਹੰਮਦ ਅਸ਼ਾਕ ਹੋਰਾਂ ਨਾਲ, ਹੋਰਾਂ ਕੋਲ, ਔਰ ਉਹਨਾਂ ਨਾਲ ਗੱਲਬਾਤ ਕਰਾਂਗੇ 1947 ਦੇ ਜੋ ਹਾਲਾਤ ਸੀ, ਜੋ ਉਜਾੜੇ, ਜੋ ਵੰਡ ਹੋਈ, ਉਹਨਾਂ ਤੋਂ ਉਸ ਵੰਡ ਬਾਰੇ ਪੁੱਛਾਂਗੇ। ਔਰ ਉਹਨਾਂ ਨੇ ਉਹ ਟਾਈਮ, ਉਹ ਵੇਲਾ ਆਪਣੀਆਂ ਅੱਖਾਂ ਦੇਖਿਆ। ਅਤੇ ਆਓ ਵੀਰ, ਉਹ ਗੱਲ ਕਰਦੇ ਹਾਂ ਬਾਬਾ ਮੁਹੰਮਦ ਅਸ਼ਾਕ ਨਾਲ। ਬਾਬਾ ਜੀ ਮੁਬਾਰਕ, ਉੱਚੀ ਬੋਲਿਓ। ਵਾਲੇਕੁਮ ਸਲਾਮ। ਕੀ ਨਾਮ ਆਪਣਾ? ਮੁਹੰਮਦ ਅਸ਼ਾਕ। ਅਤੇ ਤੁਹਾਡੇ ਅੱਬਾ ਜੀ ਦਾ ਕੀ ਨਾਮ ਸੀ? ਅਬਦੁੱਲਾ। ਅਬਦੁੱਲਾ। ਅਤੇ ਆਪਣੀ ਕੌਮ ਕੀ ਹੈ? ਸੰਧੂ ਜੱਟ। ਅੱਛਾ, ਸੰਧੂ ਜੱਟ। ਬਾਬਾ ਜੀ, 1947 ਵੇਲੇ ਜਦੋਂ ਤੁਸੀਂ ਉੱਧਰੋਂ ਆਏ ਹੋ ਇੰਡੀਆ 'ਚੋਂ, ਪੰਜਾਬ 'ਚੋਂ, ਚੜ੍ਹਦੇ ਪੰਜਾਬ 'ਚੋਂ, ਤੁਹਾਡਾ ਕਿਹੜਾ ਪਿੰਡ ਸੀ? ਤੁੰਬੜ ਭੰਨ। ਤੁੰਬੜ ਭੰਨ, ਮੋਦਕੀ ਸ਼ਹਿਰ ਦੇ ਨਜ਼ਦੀਕ। ਅੱਛਾ। ਅਤੇ ਤਹਿਸੀਲ ਕਿਹੜੀ ਤੁਹਾਡੀ? ਮੋਗਾ। ਜ਼ਿਲ੍ਹਾ? ਫਿਰੋਜ਼ਪੁਰ। ਜ਼ਿਲ੍ਹਾ ਫਿਰੋਜ਼ਪੁਰ। ਅਤੇ ਬਾਬਾ ਜੀ, ਇਹ ਜਿਹੜਾ ਪਿੰਡ ਸੀ ਤੁੰਬੜ ਭੰਨ, ਹਾਂਜੀ, ਇਹਦੇ ਲਾਗੇ ਲਾਗੇ ਪਿੰਡ ਕਿਹੜੇ ਸੀ? ਲਾਗੇ ਪਿੰਡ ਸੀ ਆਪਣਾ ਲੱਲੇ, ਹਾਂਜੀ, ਦਾਰਾਪੁਰ, ਹਾਂਜੀ, ਕੋਟ ਕਰੋੜ, ਲੁਹਾਮ, ਇੱਧਰ ਆਪਣਾ ਆ ਗਿਆ ਮੁਦਕੀ ਸ਼ਹਿਰ, ਕਮਿਟੀ, ਇਹ ਪਿੰਡ ਨਜ਼ਦੀਕ ਸੀ, ਘਰਾਟ ਵੱਜਦੇ ਸੀ। ਅੱਛਾ ਅੱਛਾ। ਇਹ ਨੇੜੇ ਨੇੜੇ ਪਿੰਡ ਸੀਗੇ, ਕਲਾਸ ਸੀਗੇ। ਅੱਛਾ। ਅਤੇ ਬਾਬਾ ਜੀ, ਇਹ ਜਿਹੜਾ ਪਿੰਡ ਸੀ ਤੁੰਬੜ ਭੰਨ ਜੀ, ਇਹ ਉਸ ਵੇਲੇ ਕਿੱਦਾਂ ਦਾ ਪਿੰਡ ਸੀ? ਪਿੰਡ ਸਹੀ ਸੀ। ਕਿੱਡਾ ਕੁ ਬੜਾ ਪਿੰਡ ਸੀ? ਬਹੁਤ ਤਗੜਾ ਪਿੰਡ ਸੀਗਾ। ਕਿੰਨੇ ਘਰ ਸੀ ਉਸ ਵੇਲੇ ਇਸ 'ਚ? ਹੋਊਗਾ ਮੈਂ ਕਿਹਾ 600-700 ਘਰ ਹੋਊਗਾ। 600-700 ਘਰ ਸੀ ਤੁੰਬੜ ਭੰਨ। ਇਹ ਜਿਹੜਾ ਪਿੰਡ ਸੀ ਤੁੰਬੜ ਭੰਨ ਬਾਬਾ, ਇਹਦੇ ਵਿੱਚ ਮੁਸਲਮਾਨਾਂ ਦੀਆਂ ਕਿਹੜੀਆਂ ਬਰਾਦਰੀਆਂ ਸੀ? ਇਹ ਸੀ ਇੱਕ ਸੰਧੂ ਜੱਟ, ਇੱਕ ਸੀ ਘੁਮਿਆਰ, ਰਾਈ, ਇਹ ਸੀ। ਇਹ ਸੀ। ਅਤੇ ਹੋਰ ਕਿਹੜੀਆਂ ਬਰਾਦਰੀਆਂ ਸੀ ਜਿਹੜੀ ਮੁਸਲਮਾਨ ਨਹੀਂ ਸੀ? ਉਹ ਸਿੱਖਾਂ ਦੇ ਸੀਗੇ। ਸਿੱਖਾਂ ਦੇ ਘਰ ਸੀ ਜੀ। ਹੋਰ ਕੋਈ? ਕੋਈ 5-7 ਚੂੜਿਆਂ ਦੇ ਸੀ। ਅੱਛਾ ਅੱਛਾ। ਜਿਸ ਵੇਲੇ ਵੰਡ ਹੋਈ ਹੈ, ਹਾਂਜੀ, ਤੁਹਾਡੀ ਉਮਰ ਕਿੰਨੀ ਸੀ ਉਦੋਂ? ਉਦੋਂ ਸੀ 15-14 ਸਾਲ ਦੀ ਉਮਰ। ਅੱਛਾ, 14-15 ਸਾਲ ਤੁਹਾਡੀ ਉਮਰ ਸੀ। ਹਾਂਜੀ, ਸਹੀ ਸੀ। ਅਤੇ ਪਿੰਡ ਸਕੂਲ ਹੈ ਸੀ ਤੁਹਾਡੇ? ਨਹੀਂ, ਪਿੰਡ ਸਕੂਲ ਹੈ ਨਹੀਂ ਸੀਗਾ। ਅਤੇ ਪੜ੍ਹਨ ਕਿੱਥੇ ਜਾਂਦੇ? ਪੜ੍ਹਨ ਜਾਂਦੇ ਸੀਗੇ ਆਪਣੇ ਲੱਲਿਆਂ ਵਾਲਾ। ਲੱਲੇ? ਉਦੋਂ ਉੱਥੇ ਸਕੂਲ ਆਇਆ ਸੀ? ਸਕੂਲ ਸੀਗਾ। ਤੁਸੀਂ ਗਏ ਹੋ ਸਕੂਲ? ਅਤੇ ਤੁਹਾਨੂੰ ਉੱਥੇ ਆਪਣੇ ਪਿੰਡ 'ਚ ਕਿਸੇ ਦਾ ਨਾਂ ਚੇਤੇ? ਸਰਦਾਰੀ। ਸਿੱਖਾਂ 'ਚੋਂ? ਸਿੱਖਾਂ 'ਚੋਂ। ਕਿਹਦਾ ਕਿਹਦਾ? ਸਰਦਾਰੀ ਸੀ ਨਾਂ। ਸਰਦਾਰੀ। ਇੱਕ ਸੀਗਾ ਆਪਣਾ ਮਹਿੰਦਰ। ਮਹਿੰਦਰ। ਇੱਕ ਆਪਣਾ ਸਰਦਾਰ ਗੁਲਜ਼ਾਰ ਸੀ ਇੱਕ ਨਾਂ। ਗੁਲਜ਼ਾਰ? ਹਾਂ। ਅੱਛਾ, ਗੁਲਜ਼ਾਰ ਜਾਂ ਗੁਲਜ਼ਾਰੀ? ਗੁਲਜ਼ਾਰ, ਗੁਲਜ਼ਾਰੀ ਸਾਂ। ਗੁਲਜ਼ਾਰੀ ਸਿਓ। ਇਹ ਇੱਕ ਗੋਦਾ ਗੋਦਾ ਵੱਜਦਾ ਹੁੰਦਾ ਸੀ। ਅੱਛਾ ਅੱਛਾ। ਸਿੱਖ ਉਹ ਜਾਣੀ ਅਸੀਂ ਦੇਖਿਆ ਨਹੀਂ, ਉਹ ਦੱਸਦੇ ਆ ਵੀ ਗੋਦਾ ਸੀਗਾ, ਜਾਣੀ ਫੌਤ ਹੋ ਗਿਆ ਸੀ, ਜਾਣੀ ਬਲੇਟੇ ਉਮਰ ਦੇ ਸੀਗੇ ਗੋਦਾ। ਹਾਂ। ਅਤੇ ਹੋਰ ਕਿਸੇ ਦਾ ਨਾਂ ਚੇਤੇ ਹੋਵੇ? ਹੋਰ ਨਗਿੰਦਰ ਸਿੰਘ ਵੱਜਦਾ ਸੀਗਾ। ਨਗਿੰਦਰ? ਹਾਂ। ਅੱਛਾ ਅੱਛਾ। ਬਹੁਤ ਇੰਨਾ ਕੁਛ ਸੁਣਿਆ ਸੀ ਜਾਣੀ ਉਹ, ਅਸੀਂ ਪਹਿਲਾਂ ਉਹ ਨਹੀਂ ਸੀਗੇ। ਇਹ ਜਿਹੜਾ ਪਿੰਡ ਸੀ ਤੁੰਬੜ ਭੰਨ, ਇਹਦੇ ਵਿੱਚ ਮਸੀਤ ਹੈ ਸੀ ਮੁਸਲਮਾਨ? ਹੈਗੀ ਸੀ। ਕੱਚੀ ਸੀ ਪੱਕੀ ਸੀ? ਨਹੀਂ, ਉਹ ਉਦੋਂ ਕੱਚੀਆਂ ਹੀ ਹੁੰਦੀਆਂ ਸਮਝ। ਮਸੀਤ ਕਿੱਥੇ ਜੀ ਸੀ? ਮਸੀਤ ਸੀ ਜਾਣੀ ਚੌਕ ਵੱਜਦਾ ਸੀਗਾ, ਚੌਕ ਦੇ ਵਿੱਚ ਸੀਗੀ ਸਾਡਾ, ਜਾਣੀ ਜਿਹੜਾ ਸੀ ਨਾ ਸਾਡਾ ਕੁਲਮਾ,
ਇਹ ਰਹਿਦਾ ਸੀਗਾ ਇੱਕ ਬਾਜ਼ਾਰ ਸੀ ਇਹਦਾ ਐ ਪਾਸੇ ਬੂਹਾ ਲੱਗਾ ਸਾਡਾ ਇੱਕ ਦਹਿੰਦੇ ਵਾਲੇ ਪਾਸੇ ਇਹ ਵੀ ਜਿਹੜਾ ਸਾਡਾ ਨਾ ਫਿਕਰ ਇੱਧਰਲੇ ਪਾਸੇ ਤੋੜ ਬਾਈ ਜਾਂਦੀ ਸੀ ਮੈਂ ਆਪਣਾ ਸਕੂਲ ਆ ਇਹ ਸੀਗਾ ਜਾਣੀ ਇੱਥੋਂ ਲੈ ਕੇ ਨਾ ਇਹ ਬਾਜ਼ਾਰ ਇਹ ਸੀਗਾ ਜਾਣੀ ਸਾਡਾ ਬਾਜ਼ਾਰ ਦਾ ਸੀਗਾ ਮਹਾਰਾਜਾਂ ਦਾ ਅਤੇ ਸਾਡਾ ਛੱਪੜ ਬਹੁਤ ਡਬਲ ਸੀਗਾ ਤਿੰਨ ਖੂਹ ਸੀ ਓਹਦੇ ਤੇ ਵਿਚਾਰੇ ਕੋਈ ਥੜੇ ਬੰਨ ਕੇ ਨਾ ਦਾਸਾ ਮਾਰ ਲੈਦੇ ਤੇ ਓਹਦੇ ਉੱਤੇ ਬੋਰਡ ਲਾਏ ਸੀ ਪਾਸੇ ਚਾਰ ਚਾਰ ਬੋਰਡ ਲੱਗੇ ਸੀ ਯਾਨੀ ਜੱਗ ਹੋਣਾ ਤਿੰਨ ਤਿੰਨ ਚਾਰ ਚਾਰ ਟਾਈਮ ਜੱਗ ਹੁੰਦਾ ਸੀ ਲੱਗੇ ਸਾਡੇ ਪਿੰਡ 'ਚ ਜਿਹੜੇ ਖੂਹ ਸੀ ਜੀ ਇਹ ਕਿਹੜੇ ਪਾਸੇ ਸੀ ਛੱਪੜ ਦੇ ਆਪਣੇ ਚੜ੍ਹਦੇ ਵਾਲੇ ਪਾਸੇ ਪਿੰਡ ਦੇ ਸੀਗੇ ਛੱਪੜ ਦੇ ਛੱਪੜ ਦੇ ਸਾਈਡ ਦੇ ਉੱਤੇ ਬਾਹਰ ਖੂਹ ਲੱਗੇ ਤਿੰਨ ਅਤੇ ਉਹਨਾਂ ਦੇ ਨਾਂ ਵੀ ਐਸੀ ਕੋਈ ਕਿਸੇ ਦਾ ਖੂਹ ਵੱਜਦਾ ਹੋਵੇ ਨਹੀਂ ਨਹੀਂ ਕਹਿੰਦੇ ਸੀਗੇ ਅਤੇ ਜ਼ਮੀਨਾਂ ਕਿੱਦਾਂ ਸੀ ਜ਼ਮੀਨਾਂ ਜਿਹੜੀਆਂ ਸੀਗੀਆਂ ਕੋਲ ਟਿੱਬੇ ਸੀਗੇ ਕੋਈ ਪੱਕੀ ਪੈ ਗਈ ਸੀ ਨਹਿਰੀ ਪਾਣੀ ਆਇਆ ਸੀ ਨਹਿਰੀ ਅੱਧੇ ਚੱਕ ਨੂੰ ਲੱਗਦਾ ਸੀ ਅੱਧੇ ਚੱਕ ਨੂੰ ਹਾਂ ਅੱਧੇ ਨੂੰ ਕਿਉਂ ਨਹੀਂ ਲੱਗਦਾ ਉਹ ਸੀ ਸ਼ਮਾਈ ਜਾਂ ਟਿੱਬਿਆਂ ਦਾ ਇਲਾਕਾ ਜਾ ਜਾਂਦਾ ਸੀ ਉਹ ਨਹਿਰ ਬੰਦ ਹੋ ਗਈ ਸ਼ਮਾ ਇੱਕ ਜਿਹੜੀ 12 ਮਹੀਨਾ ਸੀ ਉਹ ਅੱਗੇ ਚੱਲਦੀ ਸੀਗੀ ਇੱਥੇ ਨਹੀਂ ਚੱਲਦੀ ਸੀ ਅਤੇ ਫਸਲਾਂ ਕਿੱਦਾਂ ਦੀਆਂ ਸੀ ਫਸਲਾਂ ਬਰਾਨੀ ਬਾਹਰ ਹੀ ਬੀਜਦੇ ਸੀ ਕਿਹੜੀਆਂ ਕਿਹੜੀਆਂ ਫਸਲਾਂ ਹੁੰਦੀਆਂ ਕਣਕ ਹੁੰਦੀ ਸੀ ਚਣੇ ਹੁੰਦੇ ਸੀ ਬਾਹਰ ਹੋ ਜਾਂਦੇ ਸੀ ਬਰਾਨੀ ਹੋਣਾ ਗੱਜ ਪੁੱਟ ਸੀ ਥੱਲੇ ਆਪਣੇ ਆਪ ਹੀ ਅੱਲਾ ਪਾ ਫਸਲ ਪਕਾਉਂਦਾ ਬਾਬਾ ਜੀ ਵੰਡ ਤੋਂ ਪਹਿਲਾਂ ਮੁਸਲਮਾਨਾਂ ਦਾ ਅਤੇ ਸਿੱਖਾਂ ਦਾ ਪਿਆਰ ਮੁਹੱਬਤ ਕਿਵੇਂ ਦਾ ਸੀ ਵੰਡ ਤੋਂ ਪਹਿਲੇ ਸਹੀ ਸੀ ਰਹਿਣ ਸਹਿਣ ਠੀਕ ਸੀ ਠੀਕ ਸੀ ਲੜਾਈ ਝਗੜਾ ਤਾਂ ਕੋਈ ਨਹੀਂ ਲੜਾਈ ਹੁੰਦੀ ਰਹਿੰਦੀ ਸਾਡੀ ਆਪਸ ਨੇ ਸਿੱਖਾਂ ਨਾਲ ਸਿੱਖਾਂ ਨਾਲ ਹਾਂ ਉੱਦਾਂ ਯਾਨੀ ਮਦਦ ਲੈਂਦੇ ਹੁੰਦੇ ਸਿੱਖ ਦੂਜੇ ਤੋਂ ਹਾਂ ਉਹ ਲੜਾਈ ਝਗੜੇ ਤਾਂ ਹੁੰਦੇ ਰਹਿੰਦੇ ਹੁੰਦੇ ਆ ਅੱਛਾ ਅੱਛਾ ਜਦੋਂ ਇਹ ਅਜਾੜੇ ਪਏ ਨੇ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਸਾਨੂੰ ਇੱਥੋਂ ਜਾਣਾ ਪਊ ਸਾਰੀ ਦੁਨੀਆਂ ਨੂੰ ਵੰਡ ਹੋ ਗਈ ਸੀਗੀ ਅੱਛਾ ਅੱਛਾ ਉਹ ਜਦੋਂ ਈਦ ਪੜ੍ਹੀ ਹੈ ਛੋਟੀ ਈਦ ਦੇ ਵਿੱਚ ਆਣ ਕੇ ਜ਼ਿਆਦਾ ਸ਼ੁਰੂ ਹੋ ਗਿਆ ਕੰਮ ਕਿਸੇ ਨੇ ਈਦ ਪੜ੍ਹ ਲਈ ਆ ਕਿਸੇ ਨੇ ਨਹੀਂ ਪੜ੍ਹੀ ਅਸੀਂ ਈਦ ਪੜ੍ਹੀ ਆ ਅਤੇ ਅਗਲੇ ਦਿਨ ਸਾਨੂੰ ਇੱਥੋਂ ਉੱਠਣਾ ਪਿਆ ਜਿਹੜੇ ਸੀਗੇ ਆਪਣੇ ਆਉਂਦਾ ਘੁਮਿਆਰ ਇਹਨਾਂ ਨੂੰ ਕਿਹਾ ਦੇਖਣ ਲੱਗੇ ਜੀ ਸਿੱਖਾਂ ਨੇ ਇਹਨਾਂ ਨੂੰ ਕਿਹਾ ਵੀ ਆਪਣਾ ਚਾਰ ਦਿਨ ਦਾ ਰੌਲਾ ਤੁਹਾਡੇ ਨਾਲ ਸਾਡਾ ਕੋਈ ਝਗੜਾ ਨਹੀਂ ਕਿਹਾ ਉਹ ਰਹਿ ਪਏ ਰਾਹੀਂ ਰਹਿ ਪਏ ਵੀ ਰਾਈਆਂ ਨਾਲ ਕੋਈ ਝਗੜਾ ਨਹੀਂ ਕੋਈ ਸਾਡਾ ਅੱਜ ਤੱਕ ਹੋਇਆ ਕਿ ਉਹ ਭੁਲੇਖੇ 'ਚ ਰਹਿ ਗਏ ਅਤੇ ਜਿਹੜੇ ਸੀ ਅਸੀਂ ਫਿਰ ਇਹ ਸੋਚ ਕੇ ਆਪਦੇ ਪਰੇ ਲੱਲੇ ਸੀਗੇ ਉੱਥੇ ਸੀ ਜੂਨ ਸੂਰੀ ਲੁਹਾਰ ਉਹਨਾਂ ਨੇ ਆਪਦੇ ਹੱਥੀਂ ਰਫਾ ਰੁਫਾ ਬਣਾਈਆਂ ਸੀਗੀਆਂ ਅਤੇ ਉਹ ਦੋ ਤਿੰਨ ਘਰ ਸੀਗੇ ਜਾਣੀ ਉਹ ਮੁਸਲਮਾਨ ਦੇ ਉਸ ਵਜ੍ਹਾ ਤੋਂ ਅਸੀਂ ਇੱਧਰ ਨਿਕਲੇ ਇਹਨਾਂ ਨੇ ਦੇਖਿਆ ਵੀ ਅਸੀਂ ਦੋ ਘਰ ਆ ਅਸੀਂ ਸਿੱਖਾਂ ਦਾ ਪਿੰਡ ਆ ਅਤੇ ਇਹ ਨਾ ਹੋਵੇ ਸਾਡੇ ਨਾਲ ਕੋਈ ਇੱਥੇ ਵਾਧਾ ਘਾਟਾ ਹੋ ਜਾਵੇ ਇਹ ਫਿਰ ਅਸੀਂ ਰਾਤ ਨੂੰ ਨਿਕਲੇ ਅਸੀਂ ਕਰਮਾਂ ਵਾਲੇ ਪੀਰਾਂ ਵੱਲ ਚਲੇ ਗਏ ਉਹਨਾਂ ਦਾ ਪਿੰਡ ਕਿਹੜਾ ਸੀ ਕੀ ਨਾ ਕਰਮਾਂ ਵਾਲੇ ਪੀਰ ਉਹ ਪਿੰਡ ਸੀ ਉਹ ਕਰਮਾਂ ਵਾਲੇ ਪੀਰ ਪਿੰਡ ਹੀ ਵੱਜਦਾ ਸੀ ਕਰਮਾਂ ਵਾਲਾ ਹਾਂ ਅੱਛਾ ਉੱਥੇ ਜਾ ਕੇ ਅਸੀਂ ਗਏ ਹਾਂ ਜਦੋਂ ਜੁਮੇ ਦਾ ਦਿਨ ਸੀਗਾ ਉਹ ਕੋਈ ਬੱਚੀਆਂ ਦਾ ਯਾਨੀ ਕੋਈ ਬੱਚੇ ਖੋ ਕੇ ਮਾਰੇ ਸੀ ਜਾਂ ਕੋਈ ਦੁੱਧ ਵੱਢੇ ਸੀਗੇ ਇੱਧਰੋਂ ਕਿਸੇ ਸ਼ਰਾਰਤਾਂ ਕੀਤੀਆਂ ਲੋਕਾਂ ਨੇ ਅਤੇ ਉਹ ਫਿਰ ਉਹਨਾਂ ਕੋਈ ਪੀੜਾਂ ਕੋਈ ਕਹਿਣ ਲੱਗੇ ਵੀ ਜਿਵੇਂ ਆਪਣਾ ਪੰਜੀ ਆ ਅਤੇ ਰੇਵੀ ਆ ਅਤੇ ਕੋਈ ਕੋਈ ਪਿੰਡ ਸੀ ਪੰਘਾਲਾਂ ਮਾਰੀਆਂ ਪੰਘਾਲਾਂ ਪੰਘਾਲਾਂ ਅੱਛਾ ਅਤੇ ਉਹ ਆਖਣ ਲੱਗੇ ਵੀ ਪੀਰ ਨੂੰ ਆਖਣ ਲੱਗੇ ਵੀ ਸਾਡੇ ਨਾਲ ਇਸ ਤਰ੍ਹਾਂ ਇਜਾਜ਼ਤ ਹੋਈਆਂ ਜੇ ਸਾਨੂੰ ਇਜਾਜ਼ਤ ਦੇਵੇ ਅਤੇ ਅਸੀਂ ਪਿੰਡ ਮਾਰਿਆ ਜੀ ਉਹ ਆਖਣ ਲੱਗਿਆ ਜੀ ਅਖੇ ਜੇ ਤੁਸੀਂ ਜਮ੍ਹਾਂ ਲੈਣਾ ਪੜਿਆ ਤਾਂ ਬੰਦਾ ਜਿੰਨੇ ਵੀ ਗਏ ਨਾ ਕੋਈ ਬੰਦਾ ਵਾਪਸ ਨਹੀਂ ਆਉਣਾ ਸਾਰੇ ਮਾਰੇ ਜਾਊਂਗੇ ਅਤੇ ਇਹਨਾਂ ਨੇ ਆਖਿਆ ਜੀ ਸਾਨੂੰ ਫਤਿਹ ਹੋਵੇ ਨਾ ਹੋਵੇ ਅਤੇ ਅਸੀਂ ਜਮ੍ਹਾਂ ਆਣ ਕੇ ਤੇਰੇ ਮਗਰ ਪੜਾਂਗੇ ਇਹਨਾਂ ਨੇ ਫਿਰ ਆਣ ਕੇ ਜਮ੍ਹਾਂ ਪੜਿਆ ਯਾਨੀ ਪਿੰਡ ਵਾਲੇ ਜਿਹੜੇ ਕੋਈ ਮਾਰੇ ਗਏ ਭੱਜ ਭੁੱਜ ਕੇ ਬਾਲੇ ਜਿਹੜੇ ਇੱਕ ਦੋ ਘਰ ਰਹਿ ਗਏ ਬਨਮਾਸ਼ ਜਿਹੜੇ ਸੀ ਨਾ ਆਪਦੇ ਮਕਾਨਾਂ ਦੇ ਚਿਵਾਰਿਆਂ 'ਚ ਵੜ ਕੇ ਬਹਿ ਗਏ ਪੰਘਾਲਾਂ ਦੇ ਹਾਂ ਨਹੀਂ ਆਹੋ ਪੰਘਾਲਾਂ ਦੇ ਉਹ ਯਾਨੀ ਉਹ ਦੋ ਚਾਰ ਘਰ ਸੀਗੇ ਤਿੰਨ ਬੰਦੇ ਸੀਗੇ ਜਿਹੜੇ ਉਹ ਬੈਠੇ ਦੂਜੇ ਭੱਜ ਭੁੱਜ ਗਏ ਇਹ ਫਿਰ ਮੁੜਿਆ ਜੁਮਾ ਸੀ ਟਾਈਮ ਨੇੜੇ ਹੁੰਦਾ
ਜਮਾਨ ਕੇ ਪੜਿਆ। ਉਦੋਂ ਬਾਅਦ 'ਚ ਕੋਈ ਛੱਜਾਂ ਵਾਲੀ ਵਾਲਾ ਗੰਡੂ ਵੱਜਦਾ ਸੀ ਬਦਮਾਸ਼, ਉਹ ਫਿਰ ਖਿਲਕਤ ਲੈ ਕੇ ਨਾ ਉਹਨੇ ਹਮਲਾ ਕੀਤਾ ਤੁਹਾਡੇ 'ਤੇ। ਹਾਂ, ਉਹ ਅਸੀਂ ਯਾਨੀ ਇੰਨੇ ਖਿਲਕਤ ਸੀ ਵੀ ਬਾਜ਼ਾਰ ਵੀ ਭਰੇ ਸੀ ਅਤੇ ਲੋਕਾਂ ਦੇ ਵਿਹੜੇ ਵੀ ਭਰੇ ਸੀ, ਛੱਤਾਂ ਵੀ, ਅਤੇ ਬਾਹਰ ਮਤਲਬ ਰਬਾ ਦੁਨੀਆਂ ਇਕੱਠੀ ਹੋਈ ਸੀ। ਅੱਛਾ ਅੱਛਾ। ਉਹ ਫਿਰ ਕੋਠਿਆਂ ਵਾਲਿਆਂ ਨੂੰ ਮਾਰਦੇ ਸੀ ਫੈਰ ਪੱਕੇ, ਉਹ ਸਿੱਖ ਸਿੱਖ ਹਾਂ ਅੱਗੇ ਸੀ ਘੋੜੀਆਂ ਅਤੇ ਆਪਣੇ ਰਫਾਂ ਵਾਲੇ, ਉਦੋਂ ਪਿੱਛੇ ਬਰਸ਼ੇ ਤਲਵਾਰਾਂ ਵਾਲੇ ਸੀ। ਅੱਛਾ। ਉਹ ਜਦੋਂ ਮਾਰਦੇ ਸੀ ਸਾਡੇ ਉੱਤੋਂ ਜਾਂਦੀਆਂ ਗੋਲੀਆਂ ਜਿਵੇਂ ਹਵਾ ਟੀਂ ਟੀਂ ਕਰ ਜਾਂਦੀ ਬਾਰਿਸ਼ ਵਾਂਗੂ। ਅੱਛਾ। ਅਤੇ ਉਹ ਜਿੰਨੇ ਕੋਲ ਜਾਂ ਤਾਂ ਚੁੱਕਦੇ ਸੀ ਉਹਨਾਂ ਕੋਲ ਚੋ ਜਾਂਦੀਆਂ ਸਾਡੇ ਤੂੰ ਇੰਨਾ ਕੁ ਦੇ ਰਹੀਆਂ। ਅਖੀਰ ਉਹਨੇ ਬੁੱਤੇ ਨਾਲ ਫੈਰ ਕੀਤਾ ਪੀਰ ਨੇ, ਉਹਨਾਂ ਕੋਈ 11 ਘੋੜੀਆਂ ਅਤੇ ਕੋਈ ਬੰਦੇ ਮਰੇ, ਕੋਈ ਜ਼ਖਮੀ ਹੋ ਗਏ, ਫਿਰ ਉਹ ਭਾਜ ਖਾ ਗਏ। ਫਿਰ ਮਿਲਟਰੀ ਮੰਗਾ ਲਈ ਉਹਨਾਂ ਨੇ ਵੀ ਸਾਨੂੰ ਲੈ ਗਏ। ਮਿਲਟਰੀ ਆਈ ਆਣ ਕੇ ਪੀਰ ਨੇ ਉਹ ਤਾਂ ਕੋਈ ਟਾਈਮ ਦਿਆ ਘੰਟਾ ਦੋ ਘੰਟੇ ਵੀ 2 ਘੰਟੇ ਮੈਂ ਪਿੰਡ ਵਿਹਲਾ ਕਰਨਾ, ਜੇ ਤੁਸੀਂ ਭਾਈ ਨਾ ਨਿਕਲਿਆ ਜਿਹੜਾ ਸ਼ੱਕ ਮਾਰਦਾ ਜੀ। ਉਹਨੇ ਐਲਾਨ ਕਰਕੇ ਪੀਰ ਆਪ ਨਿਕਲ ਗਿਆ, ਮਗਰ ਦੁਨੀਆਂ ਭੱਜ ਪਈ। ਉੱਥੇ ਸਾਡਾ ਇੱਕ ਬੰਦਾ ਮਰਿਆ, ਮਿਲਟਰੀ ਨੇ ਮਾਰਿਆ। ਮਿਲਟਰੀ ਨੇ ਮਾਰਿਆ? ਹਾਂ। ਉਹ ਕੌਣ ਸੀ? ਉਹ ਸਾਡਾ ਭਤੀਜਾ ਲੱਗਦਾ ਸੀ। ਅੱਛਾ। ਉਹ ਕਿਉਂ ਮਾਰਿਆ? ਜੋ ਮਿਲਟਰੀ ਆਏ ਸੀ ਭੱਜ ਜਾਂਦਾ ਨੂੰ ਵੇਖ ਕੇ, ਉਹਨੇ ਫੈਰ ਕੀਤਾ ਅਤੇ ਉਹ ਤੱਕ ਦੀ ਵੀ ਉਹਦੇ ਲੱਗ ਗਿਆ। ਅੱਛਾ ਅੱਛਾ। ਫਿਰ ਤੁਸੀਂ ਆ ਗਏ? ਅਸੀਂ ਨਿਕਲੇ। ਫਿਰ ਕਿਵੇਂ ਆਏ ਉੱਥੋਂ ਤੁਸੀਂ? ਪੈਦਲ? ਪਹਿਲੇ ਭੱਜੇ ਜਾਂ ਬਾਣਾ ਵੀ ਦੇ ਲੋਕਾਂ ਨੂੰ ਰਾਤ ਪੈ ਗਈ ਅੱਗੋਂ, ਕੋਈ ਪੁੱਲ ਮੈਂ ਜੋ ਖਿਲਰ ਗਏ, ਕੋਈ ਇਕੱਠੇ ਹੋ ਗਏ, ਕੋਈ ਇਸ ਗੱਲ ਕਰਕੇ ਕਸੂਰ ਆਣ ਕੇ ਇਕੱਠੇ ਹੋਏ ਸੀ। ਫਿਰ ਕਸੂਰ ਇਕੱਠੇ ਹੋ ਗਏ? ਕਸੂਰ ਤੋਂ ਬਾਅਦ ਤੁਸੀਂ ਇੱਥੇ ਇਸ ਪਿੰਡ ਕਿਵੇਂ? ਅਸੀਂ ਪਾਕ ਪਹਿਲਾਂ ਆ ਗਏ ਫਿਰ। ਅੱਛਾ। ਪਾਕ ਪਹਿਲਾਂ ਉੱਠ ਕੇ ਉਦੋਂ ਸਿੱਖਾਂ ਦੇ ਕਾਫਲੇ ਲੰਘਦੇ ਸੀਗੇ, ਰਾਖ ਮੋੜ ਵੱਜਦਾ ਫਿਰ ਸੁਣਿਆ ਹੋਊਗਾ। ਹਾਂ ਹਾਂ, ਰਾਖਾਂ ਸੁਣਿਆ ਮੈਂ, ਉਹ ਦਰਬਾਰਪੁਰ ਰੋਡ ਤੇ ਐਸਪੀ ਦੇ ਲਾਗੇ ਸੁਣਿਆ। ਉੱਥੇ ਜਾ ਕੇ ਨਾ ਅਸੀਂ ਉੱਥੇ ਗਏ, ਕੋਈ 5-5-10 ਬੰਦੇ ਜਾਣੇ, ਕੋਈ 6-7 ਵੀ ਜੀ ਸੀ ਸਾਡਾ ਉੱਥੇ, ਅਤੇ ਮੇਰੇ ਬਾਅਦ ਆਖਣ ਲੱਗਾ ਵੀ ਇਸ ਆਪਣਾ ਗੁਜ਼ਾਰਾ ਲੈਂਦਾ ਮੁੰਡੇ, ਕੋਈ 10-10 ਨਿਕਲੋ ਚੱਕਾਂ 'ਚ, ਕੋਈ ਦਾਣੇ ਦੂਣੇ ਲਿਆਓ ਲੱਭ ਕੇ। ਉਹ ਅਸੀਂ ਰਾਖ ਦੇ ਵਿੱਚ ਨਾ ਸਿੱਖਾਂ ਦੇ ਆਪਣੇ ਮੁਸਲਮਾਨਾਂ ਦੇ ਸ਼ੇਖਾਂ ਦੇ ਘਰ 2-3 ਦੂਜਾ ਸਿੱਖਾਂ ਦਾ ਪਿੰਡ ਸਭ ਨਿਕਲ ਗਏ। ਉਹ ਜੋ ਦਾਣਾ ਉਹਨਾਂ ਨੂੰ ਦੱਸਿਆ ਅਤੇ ਉਹ ਆਖਣ ਲੱਗਾ ਵੀ ਤੁਸੀਂ ਦਾਣੇ ਨਾਲ ਲਿਆਓ, ਤੁਸੀਂ ਇੱਥੇ ਆ ਜਾਓ, ਸਾਡੇ ਕੋਲ ਸਾਰਾ ਸਮਾਨ ਸਿੱਖਾਂ ਦਾ, ਉਹ ਖਾਲੀ ਇੱਥੇ ਗਏ ਆ, ਮਾਲ ਡੰਗਰ ਲੀੜਾ ਕੱਪੜਾ ਸਾਡੇ ਕੋਲ ਹੈ, ਤੁਸੀਂ ਇੱਥੇ ਆ ਜਾਓ, ਤੁਹਾਨੂੰ ਰੋਟੀਆਂ ਪਕਾਉਣੇ, ਰੋਟੀਆਂ ਖਵਾ ਕੇ ਅਤੇ ਇੱਥੇ ਲਿਆਓ ਜੀ ਹਨ। ਉਹ ਫਿਰ ਮੇਰਾ ਬਾਤ ਆਖਣ ਲੱਗਾ ਅਸੀਂ ਆ ਜਾਵਾਂਗੇ, ਨਾਲ ਦੇ ਜਿਹੜੇ ਸੀਗੇ ਉਹ ਆਖਣ ਲੱਗੇ ਵੀ ਅਸੀਂ ਮੌਤ ਦੇ ਮੂੰਹ ਅੱਗੇ ਨਿਕਲੇ ਤਾਂ ਉੱਥੇ ਸਾਨੂੰ ਫੇਰ ਦੇਣ ਦਿਆ, ਕਾਫਲੇ ਲੰਘਦੇ ਸੀ ਸਿੱਖਾਂ ਦੇ, ਅਤੇ ਇਹ ਜਿਹੜਾ ਸੀ ਨਾ ਮੇਰਾ ਵੱਡਾ ਭਾਈ, ਇਹ ਤਾਂ ਮੇਰਾ ਬਾਤ ਆਖਣ ਲੱਗੇ ਵੀ ਐਸਾ ਉਹਨਾਂ ਨੂੰ ਵੀ ਬਹਾਨ ਕਰਿਆ ਹੈ, ਸਾਡੇ ਭਾਵੇਂ ਜਾਨ ਚਲੀ ਜਾਵੇ ਐਸਾ ਉੱਥੇ ਜਾਣਾ। ਕਿੱਥੇ? ਉਹ ਰਾਖ ਦੇ ਵਿੱਚ। ਅੱਛਾ। ਇਹ ਫਿਰ ਜਿਹੜੇ ਨਾਲ ਦੇ ਸੀ ਨਾ ਉਹ ਫਿਰ ਕੋਈ ਮੁਲਤਾਨ ਨਿਕਲ ਗਿਆ, ਕਿਉਂਕਿ ਮੈਂ ਇਹ ਫਿਰਦੇ ਫਿਰਦੇ ਫਿਰ ਸਤਾਈ 'ਚ ਆ ਗਏ, ਇੱਥੇ ਉਹ ਆ ਗਏ ਦੂਸਰੇ ਦੀ, ਅਸੀਂ ਫਿਰ ਉੱਥੇ ਰਹੇ 17 ਚੱਕ ਨਾਲ 19 ਦੇ ਨਾਲ ਹੀ ਪਰੇ, ਉੱਥੇ ਅਸੀਂ ਰਹੇ 5-6 ਸਾਲ, ਉੱਥੇ ਰਕਬੇ ਪਏ, ਰਕਬੇ ਫਿਰ ਅਸੀਂ ਉੱਥੇ ਸਾਡੇ ਵਿਕੇ, ਉਦੋਂ ਫਿਰ ਅਸੀਂ